मैं बना रहा सी व्लॉग इदा तो दविंदर पता नहीं कितने चली गई है, देखते हैं आप दविंदर कितने है। मतलब दविंदर है कितने है, वह तू इतने बैठी है। हैलो सत श्री अकाल, गुड मॉर्निंग, की हाल चाल है। आप चले मार्केट दविंदर करवानी शॉपिंग, नाल ही दविंदर आवे। हैलो, ठंड बहुत ज्यादा है, ठंड बहुत ज्यादा है, धुंद बहुत ज्यादा पई हुई। अज अभी बच्चों नाल लेके आए नहीं गे क्योंकि धुंद नाल ठंड बहुत ज्यादा हुई पई, धुंद भी बहुत ज्यादा पूरी ठंड लग रही, हाथ ठर रहे हैं। तेला होने उपर बाला कुछ लेके नहीं आएगी सिर ते, ये करके तो बाल ठरने फिर ठंडा, ठंड बहुत धुंद बहुत ज्यादा हुई पी। चल गए फिर आप, चल आप चलते हैं कुछ शॉपिंग करनी दविंदर वास्ते। बहुत करनी है शॉपिंग, बहुत ज्यादा मैं पैक ही नहीं जाते होंगे अभी शॉपिंग करनी है, पर कराउंदे कराउंदे कुछ नहीं होंगे उसे। आज देख रहे हैं दविंदर की खरीदती है, देख के पता की कह देंगे ऑनलाइन चीजा खरीदते हैं ना। मैं क्या आप चीज लग गए नहीं ऑनलाइन लवेंगे, जो ऑनलाइन देखते हैं नहीं नहीं ये की पता सही हो गए कि ना, आप दुकान से जाके देख आवे, जो दुकान से जाके देख ली नहीं नहीं इतने सही नहीं दविंदर, फिर आप ऑनलाइन लवेंगे। उदो दविंदर जाती पढ़ ला चाबी वेच लगी सी। हाँ। मैं तो कहा चाबी काढ़ के लगे तो मैंने लॉक करके वेच। ना ना। चाबी वेच लगी। चलो भाई चलते हैं, दिखाते हैं अगला काम तुहानू की करदे सी। एक काम तो इन्होंने चलो आपका कर लिया कंप्लीट। लो जी असीं मार्केट तो पहुंच चुके हैं, पर सानू हुण गड्डी लाउण नू थां नहीं तैयार आ, जगह लभ रहे हैं असीं गड्डी जे इधर देखदी आ वेने आ किते सानू देखगी तां जगह कोई ए ए आ गड्डी निकल गई तां इत्थे ला देंगे। हैं खराब होगा सी कन्नगा देख ला फिर फिर आप वीडियो बना के सबूत रखे। ज्यादा नी रेट तेरा उरे दा मतलब ए है एसी कैम है मोबाइल दा कवर दविंदर दा देखो सोहना लगता है। कैप दिखायो आही है ਐਵੇਂ ਜੀ ਦੇਖ ਲਾਵੇ ਕਿ ਨਹੀਂ ਇਹ ਵੀ ਸੋਹਣਾ ਵੀ ਸਿੰਪਲ ਪਾ ਕੇ ਕੋਈ ਕੰਨ ਨਹੀਂ ਹੈਗੇ ਇਹਦੇ ਚੋਲ ਕੇ ਹੀ ਆ ਹੋਰ ਜਿਵੇਂ ਆਹ ਕੋਈ ਆ ਇਹ ਹੋਰ ਕੋਈ ਚੀਜ਼ ਹੈ ਨਹੀਂ ਕੋਈ ਅੱਛਾ ਇਹ ਤਾਂ ਬਹੁਤ ਵੱਡਾ ਇਹ ਤਾਂ ਰੱਖ ਨਹੀਂ ਆ ਇਹ ਤਾਂ ਓਕੇ ਆਉਂਗਾ ਇੱਕ ਫਰਜ਼ ਵਾਲਾ ਕਹਿੰਦੇ ਨੇ ਇਹ ਇਹ ਨਹੀਂ ਜਿਵੇਂ पकौड़े पकौड़े ये जी बेकरी कुछ खान लेना बच्चों वास्ते की आ घर मुक्की मार के कड़ी टाउन च लो जी आप आए कटाणी दे समोसे लैन आई कटाणी ये सन्नी इनकलेव वाला कटाणी है
ਅਸੀਂ ਖਾਣਾ ਆ ਸਮੋਸੇ ਸਮੋਸੇ ਲੈਣ ਆਏ ਹਾਂ ਮਤਲਬ ਖਾਵਾਂਗੇ ਘਰੇ ਜਾ ਕੇ ਲੱਗਣ ਗਏ 10 ਮਿੰਟ ਬਣਾ ਰਹੇ ਆ ਦਵਿੰਦਰ ਨੂੰ ਲੱਗੀ ਬਹੁਤ ਜ਼ਿਆਦਾ ਭੁੱਖ ਤੇ ਇਹਦੇ ਕਹਿੰਦੀ ਮੈਂ ਇੱਕ ਰਸਤੇ 'ਚ ਖਾ ਜਾਣਾ ਇੱਕ ਰਸਤੇ 'ਚ ਨਹੀਂ ਮਿਲਣਾ ਘਰੇ ਖਾਣਾ ਇੱਥੇ 'ਚ ਨਹੀਂ ਮਿਲਣਾਗਾ ਸਮੋਸੇ ਤਾਂ ਆਪਾਂ ਘਰੇ ਜਾ ਕੇ ਖਾਣੇ ਆ ਅੰਦਰ ਖਾ ਲਾ ਕੁਛ ਆਹ ਦੇਖੋ ਜੀ ਸਮੋਸੇ ਸਾਡੇ ਰੈਡੀ ਹੋ ਰਹੇ ਆ ਗਰਮ ਗਰਮ ਸਮੋਸੇ ਪਕੌੜੇ ਬ੍ਰੈਡ ਬਰੂਡ ਖਾਣਾ ਤਾਂ ਦੇਖ ਲਓ ਲਓ ਜੀ ਆਪਾਂ ਲੈ ਲਏ ਸਮੋਸੇ ਦਵਿੰਦਰ ਨੂੰ ਲੱਗੀ ਭੁੱਖ ਤੇ ਹੁਣ ਗਰਮ ਗਰਮ ਆਲੂ ਗਰਮ ਹੋਊਗਾ ਮੂੰਹ 'ਚ ਨਾ ਸਾੜ ਲਈ ਘਰੇ ਜਾ ਕੇ ਖਾਓ ਹਾਂ ਮੂੰਹ ਨਾ ਸਾੜ ਲਈ ਚਲੋ ਵੀ ਆਪਾਂ ਆ ਗਏ ਹੁਣ ਆਪਣੀ ਬਿਲਡਿੰਗ ਦੇ ਵਿੱਚ ਮੇਰੇ ਫੋਨ ਦਾ ਕਵਰ ਦੇਖ ਲਿਆ ਸੀਗਾ ਹਾਂ ਦਵਿੰਦਰ ਦਾ ਫੋਨ ਦਾ ਕਵਰ ਲਿਆਂਦਾ ਆਪਾਂ ਸਮਾਨ ਮੈਂ ਸੱਚੀ ਲੈ ਕੇ ਆਂਦਾ ਅੱਜ ਇਹਨੇ ਆਖਿਆ ਸੀ ਨਾ ਕੁਛ ਖਰੀਦ ਕੇ ਲਿਆਉਣਾ ਸ਼ੋਪਿੰਗ ਇਹਦੇ ਨੇ ਸ਼ੋਪਿੰਗ ਕਰਾ ਲਿਆਂਦੀ ਆ ਅੱਜ ਤਾਂ ਜਮਾਂ ਧੁੱਪ ਨਹੀਂ ਨਿਕਲੀ ਰੱਬ ਦੀ ਬਹੁਤ ਠੰਡ ਹੋਈ ਪਈ ਆ ਉਹ ਦੇਖੋ ਕਿੰਨੇ ਪੈਕਟ ਲੈ ਕੇ ਆਉਂਦੇ ਆ ਕਿੰਨੇ ਲਿਫਾਫੇ ਦਵਿੰਦਰ ਦੇ ਹੱਥ 'ਚ ਫੜੇ ਆ ਕਿੰਨਾ ਕੁਛ ਦਵਾ ਕੇ ਲਿਆਉਂਦਾ ਦਵਿੰਦਰ ਨੇ ਕਵਰ ਕਿੰਨਾ ਸੋਹਣਾ ਫੋਨ ਦਾ ਕਵਰ ਦਿਖਾਈ ਨਹੀਂ ਰਿਹਾ ਆਹ ਦੇਖੋ ਕਵਰ ਦੇਖੋ ਇੱਦਾਂ ਕਰਕੇ ਨਾ ਆਏ ਕਿੰਨਾ ਸੋਹਣਾ ਆਏ ਵਿੱਚ ਇਕੱਠਾ ਹੋ ਜਾਂਦਾ ਆਹ ਕਵਰ ਲਿਆਂਦਾ ਜਵਾਕ ਖੇਡੀ ਜਾਂਦੇ ਆਪਾਂ ਨੂੰ ਠੰਡ ਲੱਗਦੀ ਇਹਨਾਂ ਨੂੰ ਲੱਗਦੀ ਨਹੀਂ ਲੈ ਉਹਦੀਆਂ ਬਾਹਾਂ ਪਾ ਕੇ ਜਵਾਕ ਖੇਡੀ ਜਾਂਦੇ ਆਪਾਂ ਬਜ਼ੁਰਗ ਬੁੱਢੇ ਬਜ਼ੁਰਗ ਵਾਰ ਵਾਰ ਮੈਨੂੰ ਕਹੀ ਜਾਂਦਾ ਉੱਥੇ ਦਵਿੰਦਰ ਇੱਥੋਂ ਆਂਟੀਆਂ ਦੇ ਕੱਪੜੇ ਮਿਲਦੇ ਦੇਖ ਲਾ ਇੱਥੋਂ ਆਂਟੀਆਂ ਦੇ ਕੱਪੜੇ ਮਿਲਦੇ ਦੇਖ ਲਾ ਵੀ ਮੈਂ ਆਂਟੀ ਹਾਂ ਹੁਣ ਆਂਟੀ ਕਹਿੰਦੇ ਮੈਨੂੰ ਅੰਕਲ ਕਹਿੰਦੇ ਤੈਨੂੰ ਆਂਟੀ ਕਹਿੰਦੇ ਥੋੜੀ ਹੁੰਦਾ ਮੈਂ ਆਪਦੇ ਆਪ ਨੂੰ ਤਣੀ ਆਂਟੀ ਸਮਝ ਚੱਲ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਇਹ ਤਾਂ ਕਾਲੀ ਦਾੜੀ ਆ ਦੇਖੋ ਕਾਲੀ ਖੁੱਲ ਜਾ ਆਪਾਂ ਸਿਲੰਡਰ ਆ ਗਏ ਅਜੇ ਵੀਰ ਕਿੱਥੇ ਆ ਵਿਆਹ ਸੀ ਅਜੇ ਵੀਰ ਆ ਵਿਆਹ ਗਿਆ ਦੂਰ ਤੇਰੇ ਵੱਧ ਚੀਜ਼ ਲਿਆ ਕਹਿੰਦੀ ਇੱਕ ਦੱਸ ਕੀ ਆ ਯੇ ਕਿਆ ਹੈ ਰੇ ਨਾ ਇਹ ਆਪਾਂ ਬਹੁਤ ਚਿਰ ਬਾਅਦ ਹਾਂ ਤੇ ਖਸ਼ਬੂਸ਼ ਨਹੀਂ ਆਈ ਖਸ਼ਬੂ ਆਉਂਦੀ ਨਹੀਂ ਅੱਗੇ ਤੈਨੂੰ ਸੋਹਣਾ ਸੋਹਣਾ ਨੂਰ ਇਹ ਕਵਰ ਕਵਰ ਸੋਹਣਾ ਪੁੱਤ ਚਲੋ ਖਾਈਏ ਸਮੋਸੇ ਸਮੋਸਾ ਖਾਈਏ ਮੈਂ ਬਣਾ ਰਿਹਾ ਸੀ ਵਲੌਗ ਅੱਜ ਦਾ ਅਤੇ ਦਵਿੰਦਰ ਪਤਾ ਨਹੀਂ ਕਿੱਥੇ ਚਲੀ ਗਈ ਆ ਦੇਖਦੇ ਹਾਂ ਆਪਾਂ ਦਵਿੰਦਰ ਕਿੱਥੇ ਆ ਮੁੰਡਾ ਦਵਿੰਦਰ ਹੈ ਕਿੱਥੇ ਆ ਓਏ ਤੂੰ ਇੱਥੇ ਬੈਠੀ ਆ ਆਪਣਾ ਕੰਮ ਛੱਡ ਕੇ ਤੇ ਪਿੰਦਰ ਪਵਨ ਦੀ ਵੀਡੀਓ ਦੇਖੀ ਜਾਂਦੀ ਆ ਇਹ ਦੇਖ ਲਓ ਤੇ ਆਪਾਂ ਵਲੌਗ ਬਣਾਉਣਾ ਸੀ ਅੱਜ ਦੇਖ ਲਓ ਆਪਦਾ ਵਲੌਗ ਬਣਾਉਣਾ ਛੱਡ ਕੇ ਭਿੰਦਰ ਪਾਵਣ ਦਾ ਵੀਡੀਓ ਦੇਖੀ ਜਾਂਦੀ ਹੈ ਵਲੌਗ ਦੇਖਣ ਦਾ ਵੀ ਚਾਹੀਦਾ ਫੋਨ ਵੀ ਦੇਖੀ ਜਾਂਦਾ ਤੇ 10-15 ਮਿੰਟ ਕੋਈ ਦਿਨ ਚ ਮੈਂ ਤਾਂ ਨਹੀਂ ਦੇਖਦੀ ਮੈਂ ਵੇਖਦੀ ਥੋੜਾ ਟਾਈਮ ਆ ਮੁੱਛਾਂ ਇਹਨੇ ਕਿਵੇਂ ਕਰਾ ਲਈਆਂ ਲੈ ਮੁੱਛਾਂ ਬਣਾਈਆਂ ਲੱਗਦੀਆਂ ਨੇ ਪਤਾ ਨਹੀਂ ਕੀ ਕੀਤਾ ਹਨਾ ਆ ਦੇਖ ਲਓ ਆਪਣਾ ਵਲੌਗ ਛੱਡ ਕੇ ਤੇ ਇਹ ਦੂਸਰਿਆਂ ਦੇ ਦੇਖ ਰਹੀ ਹੈ ਚਲ ਕੋਈ ਨਹੀਂ ਦੇਖ ਲਓ ਦੇਖ ਲਓ ਤੇ ਹੋਰ ਦਵਿੰਦਰ ਮੈਂ ਹੁਣ ਮੈਂ ਐਡਿਟ ਕਰਨਾ ਸੀ ਆਪਣਾ ਵਲੌਗ ਤਾਂ ਮੈਂ ਐਂਡ ਕਰ ਦਿੱਤਾ ਵੀ ਵਲੌਗ ਅਸੀਂ ਐਂਡ ਕਰਤਾ ਲੈ ਦੇਖੋ ਠੀਕ ਆ ਲੈ ਇਹਨੂੰ ਬੰਦ ਕਰ 2 ਮਿੰਟ ਨਹੀਂ ਨਹੀਂ ਫੇਰ ਦੇਖ ਲਈ ਫੇਰ ਦੇਖ ਲਈ 2 ਮਿੰਟ ਬੰਦ ਕਰ ਮੇਰੀ ਮਾੜੀ ਦੀ ਰਹਿ ਗਈ ਬਸ ਨਾ 2 ਮਿੰਟ ਇਹ ਅਬ ਐਂਡ ਕਰ ਦਗੇ ਵੀਡੀਓ ਫੇਰ ਦੇਖ ਲਈ 2 ਮਿੰਟਾਂ ਦੀ ਰਹਿੰਦੀ ਸੀ 2 ਮਿੰਟ ਐਂਡ ਕਰ ਲਗੇ 2 ਮਿੰਟਾਂ ਲਓ ਜੀ ਆਪਣੀ ਇਹ ਅੱਜ ਦਾ ਵਲੌਗ ਸੀਗਾ ਤੇ ਸਾਡਾ ਵਲੌਗ ਕਿੱਦਾਂ ਦਾ ਲੱਗਿਆ ਇਹ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿੱਦਾਂ ਦਾ ਵਲੌਗ ਲੱਗਿਆ ਤੇ ਇਹਨੇ ਜਲਦੀ ਜਲਦੀ ਵੀਡੀਓ ਦੇਖਣੀ ਮੈਂ 2 ਮਿੰਟ ਲਈ ਰੋਕਿਆ ਵਲੌਗ ਐਂਡ ਕਰ ਕੇ 2 ਮਿੰਟ 2 ਮਿੰਟ
ਦੋ ਮਿੰਟ ਕਹਿ ਦੇ ਦਈਏ ਪਰ ਸਬਸਕ੍ਰਾਈਬ ਕਰਨ ਵਾਸਤੇ ਉਦੋਂ ਯਾਰ ਉਹਨਾਂ ਨੇ ਮੇਥੋਂ ਮੋਬਾਈਲ ਖੋਣ ਆ ਜਾਣਾ ਜਿੰਨਾ ਲੋਕਾਂ ਨੇ ਸਾਡਾ ਸੈਨਾ ਤਾਂ ਮੈਂ ਕਹਿੰਦੀ ਆ ਮੈਂ ਕਹਿ ਦਿੰਦੀ ਆ ਮੈਨੂੰ ਛੇਤੀ ਆ ਮੈਨੂੰ ਕਹਿ ਲੈਂਦੇ ਜਿਹੜੇ ਸਾਡਾ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨੋਟੀ ਘੰਟੀ ਵਾਲਾ ਬਟਨ ਵੀ ਨੱਪ ਲੈਣ ਕਿਉਂਕਿ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੂ ਸਾਡੀ ਵੀਡੀਓ ਦਾ ਅਤੇ ਆਪਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਨਾ ਹਾਂ ਅਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਕਮੈਂਟ ਪਲੀਜ਼ ਜ਼ਰੂਰ ਕਰਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਉਹਨੂੰ ਸ਼ੇਅਰ ਵੀ ਕਰਿਆ ਕਰੋ ਅਤੇ ਜੇਕਰ ਹਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਸੇ ਢਿੱਲੋਂ ਸਾਹਿਬ ਨੇ ਕਹਿਤਾ ਸੀ ਪਰ ਮੈਂ ਦੁਬਾਰਾ ਕਹਿਣਾ ਹੀ ਕਹਿਣਾ ਸੀਗਾ ਓਕੇ ਬਾਏ ਬਾਏ ਵਲੌਗ ਇੱਥੇ ਐਂਡ ਕਰਦੇ ਹਾਂ ਇਹਨੂੰ ਹੁਣ ਵੇਖਣ ਦੀ ਵੀਡੀਓ ਮੈਂ ਹੁਣ ਦੇਖਣੀ ਹੈ ਮੇਰੀ ਸਿਰਫ 2 ਮਿੰਟ ਦੀ ਚਲੋ ਆਪਣਾ ਸਾਡੀ ਵੀਡੀਓ ਦੇਖਿਆ ਕਰੋ ਬਾਏ ਬਾਏ। Thank you.